ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹੁਸ਼ਿਆਰਪੁਰ। ਦੱਸਣਾ ਚਾਹੁੰਦਾ ਦੋਸਤੋ, ਵਿਜੀਲੈਂਸ ਵਿਭਾਗ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਅਜਿਹੇ ਸ਼ਖਸ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ ਕਿ ਮਤਲਬ ਜਿਨ੍ਹਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਦਰਅਸਲ ADC ਸਾਹਿਬ ਦੇ PA ਸਾਹਿਬ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੂਰੀ ਖਬਰ ਕੀ ਹੈ, ਖਬਰ ਦੇਣ ਵਾਸਤੇ ਮੇਰੇ ਨਾਲ ਹੁਸ਼ਿਆਰਪੁਰ ਤੋਂ ਅਸ਼ਵਨੀ ਸ਼ਰਮਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਅਸ਼ਵਨੀ ਜੀ, ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ? ਜੋਗਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇੱਕ SDM ਸਾਹਿਬ ਦੇ ਕੰਪਲੇਂਟ ਕੀਤੀ ਸੀ ਕਿ ਉਹਦੇ ਕੋਈ ਜ਼ਮੀਨ ਦਾ ਕੋਈ ਝਗੜਾ ਸੀਗਾ, ਉਹਦੇ ਸੰਬੰਧ ਦੇ ਵਿੱਚ ਕਿਸੇ ਨੇ ਕੋਈ ਹੇਰਾ ਫੇਰੀ ਕੀਤੀ ਸੀਗੀ। ਸੋ ਉਹਦੀ ਕੁਛ ਇਨਕੁਆਇਰੀ ਹੋਈ, ਉਸ ਤੋਂ ਬਾਅਦ SDM ਸਾਹਿਬ ਦੇ ਕੇਸ ਚੱਲ ਗਿਆ। SDM ਸਾਹਿਬ ਤੋਂ ਜਿਹੜਾ ਕੇਸ ਆ ਇਹ ਚੱਲ ਗਿਆ ADC ਜਨਰਲ ਦੇ ਕੋਲ। ADC ਜਨਰਲ ਨੇ ਇੱਕ ਫੈਸਲਾ ਦਿੱਤਾ ਸੀਗਾ ਤੇ ਉਹਦੀ ਕਾਪੀ, ਜਿਹੜੀ ਜਜਮੈਂਟ ਦੀ ਕਾਪੀ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਜਿਹੜਾ ਕੇਸ ਕੀਤਾ ਸੀਗਾ ਉਹ ਲੈਣ ਦੇ ਵਾਸਤੇ ਦਫ਼ਤਰ ਗਿਆ। ਸੋ ADC ਸਾਹਿਬ ਦਾ ਜਿਹੜਾ PA ਸੀਗਾ ਆਪਣਾ ਸ਼ਕੀਲ ਸਿੰਘ, ਉਹਨੇ 25,000 ਰੁਪਏ ਦੀ ਡਿਮਾਂਡ ਕੀਤੀ ਕਿ 25,000 ਰੁਪਇਆ ਦਿਓ, ਤੇ ਜਿਹਦੇ ਵਿੱਚੋਂ 20,000 ਰੁਪਇਆ ਮੈਂ ADC ਸਾਹਿਬ ਨੂੰ ਦੇਣਾ ਤੇ 5,000 ਰੁਪਇਆ ਮੈਂ ਰੱਖਣਾ, ਤਦੀ ਮੈਂ ਜਜਮੈਂਟ ਦੀ ਕਾਪੀ ਦੇਵਾਂਗਾ। ਲੇਕਿਨ ਉਹ ਜਿਹੜਾ ਸੌਦਾ ਹੈਗਾ ਆਪਸ ਦੇ ਵਿੱਚ ਇਹਨਾਂ ਦਾ 15,000 ਰੁਪਏ ਦੇ ਵਿੱਚ ਸੌਦਾ ਹੋਇਆ, ਤੇ ਜਿਸ ਵੇਲੇ ਸੌਦੇ ਦੀ ਸਾਰੀ ਗੱਲਬਾਤ ਹੋਈ ਆ ਤੇ ਜੋਗਿੰਦਰ ਸਿੰਘ ਨੇ ਵਿਜੀਲੈਂਸ ਵਿਭਾਗ ਦੇ SP ਪ੍ਰਵੀਨ ਕਾਂਡਾ ਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਤੇ ਉਹਨਾਂ ਨੇ ਟਰੈਪ ਲਗਾ ਕੇ ਜਿਹੜਾ ਕੱਲ ਰੰਗੇ ਹੱਥੀ 15,000 ਰੁਪਈਏ ਦੇ ਨਾਲ ਜਿਹੜਾ ਹੈ ਸ਼ਕੀਲ ਸਿੰਘ ਜਿਹੜਾ ਉਹਨਾਂ ਦਾ ADC ਦਾ PA ਸੀਗਾ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ। ਸ਼ਰਮਾ ਜੀ, ADC ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡੇ ਨਾਮ ਦੇ ਉੱਪਰ ਇਹ ਲੋਕ ਮਤਲਬ ਪੈਸੇ ਇਕੱਠੇ ਕਰ ਰਹੇ ਨੇ, ਤੁਹਾਡਾ ਨਾਮ ਇਸਤੇਮਾਲ ਕੀਤਾ ਜਾ ਰਿਹਾ? ADC ਸਾਹਿਬ ਦੇ ਨਾਲ ਵੀ ਗੱਲ ਹੋਈ ਹੈ ਲੇਕਿਨ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਬਚਦੇ ਰਹੇ। ਲੇਕਿਨ ਉਹਨਾਂ ਨੇ ਗੱਲਬਾਤ ਦੇ ਵਿੱਚ ਇੰਨਾ ਜ਼ਰੂਰ ਕਿਹਾ ਹੈਗਾ ਕਿ ਇਸ ਵੀ ਪਹਿਲਾਂ ਕੋਈ ਕੰਪਲੇਂਟ ਕਿਸੇ ਕਿਸਮ ਦੀ ਨਹੀਂ ਆਈ ਸੀਗੀ, ਤੇ ਉਹਨਾਂ ਨੇ ਆਪਣੇ ਵੱਲੋਂ ਵੀ ਜਿਹੜਾ ਵਿਜੀਲੈਂਸ ਨੂੰ ਲਿਖ ਕੇ ਦਿੱਤਾ ਹੈਗਾ ਕਿ ਇਹਦੇ ਖਿਲਾਫ਼ ਜਿਹੜੀ ਆ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਕੀਤੀ ਜਾਵੇ। ਵਿਜੀਲੈਂਸ ਵਿਭਾਗ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਜੀ, ਵਿਜੀਲੈਂਸ ਵਿਭਾਗ ਨੇ ਜਿਹੜਾ ਹੈਗਾ ਮੌਕੇ ਤੋਂ ਇਸ ਬੰਦੇ ਨੂੰ ਗ੍ਰਿਫ਼ਤਾਰ ਕਰਕੇ, ਤੇ ਕਿਉਂਕਿ ਹੁਸ਼ਿਆਰਪੁਰ ਦੇ ਜਿਹੜਾ ਇਹ ਏਰੀਆ ਜਲੰਧਰ ਦੇ ਵਿੱਚ ਪੈਂਦਾ ਤਾਂ ਇਹਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਜਲੰਧਰ ਲੈ ਗਏ ਨੇ ਤੇ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਸੋ ਦੋਸਤੋ, ਅਲੱਗ ਅਲੱਗ ਆਫੀਸਰ ਦੇ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਤੁਸੀਂ ਸੁਣੋ। ADC ਬਸ ਇੱਥੇ ਜਨਰਲ ਅਪੀਲ ਦੇ ਵਿੱਚ ਕੋਈ 22 ਤਰੀਕ ਨੂੰ ਫੈਸਲਾ ਹੋਇਆ, ਗੁਰਦੇਵ ਸਿੰਘ ਨੂੰ ਪਤਾ ਨਹੀਂ ਲੱਗਿਆ ਵੀ ਇਹ ਕੀ ਸਪਸ਼ਟ ਕੀ ਫੈਸਲਾ ਹੋਇਆ, ਅਤੇ ਇਹਨੇ ਜਿਹੜਾ ਰੀਡਰ ਸੀਗਾ ADC ਦਾ ਸ਼ਕੀਲ ਸਿੰਘ ਉਹਦੇ ਨਾਲ ਗੱਲਬਾਤ ਕੀਤੀ ਵੀ ਇਹ ਫੈਸਲਾ ਮੈਨੂੰ ਦੱਸੋ ਕੀ ਹੋਇਆ। ਅਤੇ ਸ਼ਕੀਲ ਸਿੰਘ ਕਹਿੰਦਾ ਬਈ ਇਸ ਤਰ੍ਹਾਂ ਨਹੀਂ, ਮੇਰੀ ਮੁੱਠੀ ਗਰਮ ਕਰਨੀ ਪੈਣੀ ਹੈ, 25,000 ਰੁਪਏ ਦੀ ਉਹਨੇ ਮੰਗ ਕੀਤੀ ਅਤੇ ਇਹ 15,000 ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਤੈਅ ਹੋ ਗਿਆ। ਉਹਨੇ ਕਿਹਾ ਵੀ ਜਦ ਤੱਕ ਮੈਨੂੰ 15,000 ਤੂੰ ਨਹੀਂ ਦਊਂਗਾ ਅਤੇ ਮੈਂ ਉਨੀ ਦੇਰ ਤੱਕ ਤੇਰੇ ਆਰਡਰ ਟਾਈਪ ਨਹੀਂ ਹੋਣ ਦੇਣੇ, ਠੀਕ ਹੈ, ਅਤੇ ਜਦੋਂ ਤੂੰ ਪੈਸੇ ਦਊਂਗਾ ਮੈਂ ਤੇਰੇ ਆਰਡਰ ਟਾਈਪ ਕਰਵਾ ਕੇ ਜਾਰੀ ਕਰਵਾ ਦੇਵਾਂਗਾ। ਅਤੇ ਅੱਜ ਫਿਰ ਇਹਨਾਂ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਅਤੇ ਉਹਨੂੰ ਅਸੀਂ ਰੰਗੇ ਹੱਥੀ ਇੱਥੇ ADC ਦਫ਼ਤਰ ਤੋਂ ਪਕੜਿਆ। ਅਸੀਂ ਇਹਦੇ ਖਿਲਾਫ਼ ਕੇਸ ਰਜਿਸਟਰ ਕੀਤਾ ਜੀ, 7A ਦੇ ਤਹਿਤ ਇਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਹਾਂਜੀ ਹਾਂਜੀ, ਰੈੱਡ ਹੈਂਡਡ ਨੂੰ 15,000 ਰੁਪਏ ਦੇ ਵਿੱਚ ਪਕੜਿਆ। ਵੱਖਰਾ ਹੈ, ਉਹ ਤਾਂ ਕੇਸ ਦੇ ਵਿੱਚ ਸਾਰੇ ਇਸ਼ੂਸ ਹੈਗੇ ਆ,
ਉਹਦੇ ਵਿੱਚ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਵੀ ਉਹ ਜਦੋਂ ਪਹਿਲਾਂ ਉਹ ਜਿਹੜੇ ਬੰਦਿਆਂ ਨੇ ਗਲਤ ਜਿਹੜਾ ਇੰਤਕਾਲ ਦਰਜ ਕਰਾਇਆ ਸੀ, ਉਹਨਾਂ ਨੇ ਕੋਈ ਲੇਡੀ ਸੀਗੀ ਫਾਲਸ ਹਰਜਿੰਦਰ ਕੌਰ ਦਾ ਨਾਮ ਲਿਖ ਕੇ ਅਤੇ ਡੈਥ ਸਰਟੀਫਿਕੇਟ ਲਿਖ ਕੇ ਅਤੇ ਉਹਨਾਂ ਨੇ ਜੋ ਵੀ ਆਪਣਾ ਕੇਸ ਕੁਸ ਜਿਹਾ ਇੰਦਰਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਇਸ ਚੀਜ਼ ਨਾਲ ਰਿਲੇਟਡ ਆ। ਮੈਨੂੰ ਕਹਿ ਰਿਹਾ ਸੀ ਵੀ ਜਿਹੜਾ ਔਡਰ ਜਾਰੀ ਕੀਤਾ ਹੈਗਾ, ਮੈਂ ਕਿਹਾ ਵੀ ਕੀ ਔਡਰ ਜਾਰੀ ਕੀਤਾ, ਉਹਦੀ ਮੈਨੂੰ ਕਾਪੀ ਦੇਵੋ। ਉਹ ਕਹਿੰਦਾ ਵੀ ਕਾਪੀ ਦੇਵਾਂਗੇ ਫਿਰ, ਪਹਿਲਾਂ ਸਾਨੂੰ ਕੁਝ ਪੈਸਿਆਂ ਦਾ ਇੰਤਜ਼ਾਮ ਕੇਸ ਦੀ ਜੀ। ਉਹਨੇ ਮੇਰੇ ਤੋਂ ਇਹਦੇ ਬਾਰੇ 'ਚ ਰਿਸ਼ਵਤ ਮੰਗੀ, ਮੈਨੂੰ ਕਹਿਣ ਲੱਗਾ ਪਹਿਲੇ ਵੀ ਮੈਂ 25,000 ਰੁਪਈਆ ਲੈਣਾ ਅਤੇ 20,000 ਰੁਪਈਆ ਕਹਿੰਦਾ ਮੈਂ ADC ਨੂੰ ਦੇਣਾ ਅਤੇ 5,000 ਰੁਪਈਆ ਮੈਂ ਰੱਖਣਾ ਸੀ। ਮੈਂ ਕਿਹਾ ਸਰ ਮੈਂ ਗਰੀਬ ਆਦਮੀ ਹਾਂ, ਮੈਂ ਇੰਨੀ ਰਿਸ਼ਵਤ ਨਹੀਂ ਦੇ ਸਕਦਾ। ਕਹਿੰਦਾ ਫਿਰ ਕੋਈ ਗੱਲ ਨਹੀਂ, ਫਿਰ ਤੂੰ ਜੇ ਇੰਨਾ ਨਹੀਂ ਦੇ ਸਕਦਾ ਤਾਂ ਤੂੰ 15,000 ਰੁਪਈਆ ਦੇ ਦੇ। ਉਹਦੇ ਵਿੱਚੋਂ 5,000 ਰੁਪਈਆ ਕਹਿੰਦਾ ਮੈਂ ਲੈਣਾ ਹੈਗਾ ਅਤੇ 10,000 ਰੁਪਈਆ ADC ਨੂੰ ਦੇਣਾ ਹੈਗਾ। ਮੈਂ ਕਿਹਾ ਮੈਂ ਗਰੀਬ ਆਦਮੀ ਹਾਂ, ਪਰ ਚਲੋ ਮੈਂ ਇਹ ਕਹਿ ਕੇ ਟਾਲ ਦਿੱਤਾ, ਮੈਂ ਰਿਸ਼ਵਤ ਨਹੀਂ ਸੀ ਦੇਣੀ ਚਾਹੁੰਦਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੈਂ ਸੋਚ ਕੇ ਇਹਦੇ ਬਾਰੇ ਤੈਨੂੰ ਦੱਸਾਂਗਾ। ਬਸ ਇਹ ਕਹਿ ਕੇ ਮੈਂ ਫਿਰ ਉਸ ਤੋਂ ਬਾਅਦ ਫਿਰ ਵਿਜੀਲੈਂਸ ਦੇ ਦਫ਼ਤਰ ਪੇਸ਼ ਹੋਇਆ। ਮੈਂ ਸਭ ਕੁਝ ਸ਼ਿਕਾਇਤ ਕੀਤੀ ਵੀ ਇਸ ਤਰ੍ਹਾਂ ਕਰਕੇ ਜੋ ADC ਸਾਹਿਬ ਦਾ ਰੀਡਰ ਹੈਗਾ ਆ ਸ਼ਕੀਲ ਸਿੰਘ, ਮੇਰੇ ਕੋਲੋਂ ਇੰਨੀ ਰਿਸ਼ਵਤ ਮੰਗਦਾ ਲੇਕਿਨ ਮੈਂ ਦੇ ਨਹੀਂ ਸਕਦਾ। ਸਾਹਿਬ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਜੋ ਕੁਛ ਵੀ ਮੰਗਦਾ ਹੈ ਅਤੇ ਫਿਰ ਉਹਦੇ ਮੁਤਾਬਕ ਕਾਰਵਾਈ ਫਿਰ ਕਰਵਾਤੀ। ਸੋ ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਹੁਸ਼ਿਆਰਪੁਰ ਦੀ ਇਹ ਖਬਰ ਹੈ ਜਿੱਥੇ ਵਿਜੀਲੈਂਸ ਵਿਭਾਗ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ। ਦਰਅਸਲ ਇੱਕ PA ਜੋ ਆਪਣੇ ਹੀ ADC ਸਾਹਿਬ ਦੇ ਨਾਮ 'ਤੇ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਸੀ, ਕੀ ਸੱਚਾਈ ਹੈ ਕੀ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ, ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ABN ਪੰਜਾਬੀ TV।